ਜੀ ਨਾਜ਼ਰੀਨ ਵੈਲਕਮ ਬੈਕ ਗੱਲ ਥੀਂਦੀ ਪਈ ਹੈ ਕਿ ਪਾਕਿਸਤਾਨ ਦੇ ਅੰਦਰ ਵੀ ਕ੍ਰਿਕਟ ਦੀ ਇੱਕ ਵੀ ਕਮਾਲ ਸਟੋਰੀ ਸਾਹਮਣੇ ਆਈ ਹੈ ਔਰ ਉਹ ਮੌਜ ਦੀਨ ਕੋਲ ਕੋਈ ਅੰਦਰ ਦੀਆਂ ਖਬਰਾਂ ਹਨ ਹਵਾਲੇ ਦੇ ਨਾਲ ਉਹ ਅਸਾਂ ਤੁਹਾਨੂੰ ਨਾਲ ਸ਼ੇਅਰ ਕਰਨਾ ਚਾਹੁੰਦੇ ਜੀ ਮੌਜ ਦੀਨ ਸਾਹਿਬ ਗੱਲ ਇਹ ਵੇਲੇ ਲਾਲਾ ਜੀ ਜਿਹੜੇ ਵੇਲੇ ਦਾ ਕਿਆ ਨਾਂ ਹੈ ਫਿਲਮ ਸਟਾਰ ਜਿਹਦੇ ਨਾਲ ਵੀਨਾ ਮਲਕ ਦੇ ਨਾਲ ਜਿਹਦਾ ਨਿਜ਼ਾਮ ਪਹਿਲੇ ਚੱਲਦਾ ਪਿਆ ਆਈ ਤਾਰਿਕ ਸ਼ਾਹ ਦਾ ਪੁੱਤਰ ਨਹੀਂ ਬਬਰ ਸ਼ਾਹ ਹਾਂ ਬਬਰ ਸ਼ਾਹ ਤੇ ਵੀਨਾ ਮਲਕ ਦਾ ਮਾਮਲਾ ਬਿਲਕੁਲ ਦਰੁਸਤ ਵੇਂਦਾ ਪਿਆ ਆਈ ਕਿ ਨਹੀਂ ਜਾ ਕੇ ਉਹਨਾਂ ਦੀ ਆਪਸ ਵਿੱਚ ਜਿਵੇਂ ਖੱਟ ਪੱਟ ਥਈ ਹੈ ਅੱਛਾ ਲਾਲਾ ਆਸਫ ਗਿਆ ਇਹਨਾਂ ਹੀ ਦੁਆਈਂ ਦੀ ਸੁਲਾਹ ਕਰਾਵਣ ਕਿਤੇ ਬਾਅਦ ਦੋਸਤੀ ਚਲਦੀ ਰਹਿ ਗਈ ਮਾਮਲਾ ਠੀਕ ਚਲਦੇ ਰਹਿ ਗਏ ਚੈੱਕ ਮਾਮਲਾ ਆ ਗਿਆ ਦਰਮਿਆਨ ਇੱਕ ਚੈੱਕ ਤੇ ਨਾ ਜੀ ਰਕਮ ਵਾਲਾ ਇੱਕ ਵਿੱਚ ਚੈੱਕ ਹੋ ਗਿਆ ਕਿ ਨਹੀਂ ਆਸਫ ਊ ਪਾਇਲ ਨਾਲ ਹਾਏ ਹਾਏ ਪਾਇਲ ਜਾਣਦੇ ਲੜਾਈ ਝਗੜਾ ਨਾ ਜੀ ਇਹ ਇਵੇਂ ਚੱਲਦਾ ਰਹਿ ਗਿਆ ਕਦੇ ਉਹ ਕਦੇ ਉਹ ਕਦੇ ਉਹ ਉਹਦਾ ਵੀਨਾ ਮਲਕ ਜਿਹੜੀ ਹੈ ਨਾ ਜੀ ਉਹ ਬੜੀ ਤੇਜ਼ ਔਰ ਚਲਾਕ ਉਹਦਾ ਮਾਮਲਾ ਉਹਦਾ ਦਿਲ ਕਰਿੰਦਾ ਆਈ ਕਿ ਇਹ ਮੇਕੂ ਖਰਚਾ ਦੇਵੇ ਮਹੀਨੇ ਉੱਤੇ ਪਰਚਾ ਦੇਵਾਂ ਫਿਰ ਕੋਰਟ ਦੇ ਮਾਮਲੇ ਚਲੇ ਗਿਆ ਅਦਾਲਤ ਦੇ ਮਾਮਲਾ ਕੋਰਟ ਜਿਵੇਂ ਤੂੰ ਪਾਤੀ ਬੈਠੇ ਇਵੇਂ ਮਾਮਲਾ ਕੋਰਟ ਚਲਾ ਗਿਆ ਉਹਨਾਂ ਪਰਚਾ ਕਿਆ ਨਹੀਂ ਕੀਤਾ ਤੁਹਾਨੂੰ ਪਤਾ ਹੀਰੋ ਹੈ ਸਾਡਾ ਆਸ ਵਾਸਤੇ ਕ੍ਰਿਕਟ ਦਾ ਇਹ ਹਾਲ ਹੈ ਹੈ ਸਾਰੇ ਕ੍ਰਿਕਟ ਬਰਬਾਦ ਹੋ ਗਿਆ ਉਹਨਾਂ ਪਰਚਾ ਕਿਆ ਨਹੀਂ ਕੀਤਾ ਹੁਣ ਜਨਾਬ ਚਾਈਨਾ ਤੋਂ ਇਹਨਾਂ ਦੇ ਇੱਕ ਦੋਸਤ ਹਨ ਜਨਾਬ ਜ਼ਾਹਿਦ ਸੈਫ ਸਾਹਿਬ ਉਹ ਇਹਨੇ ਦੁਹਾਈਂ ਦੀ ਸੁਲਾਹ ਕਰਾ ਦਿੱਤੀ ਹੈ ਪੰਜਾਬ ਬੰਦੇ ਉੱਥੋਂ ਮੌਜੂਦ ਹਨ ਜਿੱਥੋਂ ਸੁਲਾਹ ਥਈ ਹੈ ਮਾਮਲਾ ਬਿਲਕੁਲ ਠੀਕ ਹੋ ਗਿਆ ਲੇਕਿਨ ਇੱਕ ਮਾਮਲੇ ਦਾ ਮੈਂ ਕੋਈ ਸ਼ੱਕ ਹੈ ਉਹ ਕਿਹੜਾ ਮਾਮਲਾ ਕਿ ਨਹੀਂ ਲਾਲਾ ਇਹ ਨਾ ਹੋਵੇ ਕਿ ਜ਼ਾਹਿਦ ਸੈਫ ਸਾਹਿਬ ਸੁਲਾਹ ਕਰਵੇਂਦੇ ਕਰਵੇਂਦੇ ਲਾਲਾ ਉਹ ਖਰ ਫਰਬੂਲਾ ਹਰ ਪਾਸੇ ਖਰ ਫਰਬੂਲਾ ਖਰ ਨਹੀਂ ਖੁਰ ਤੁਹਾਨੂੰ ਪਤਾ ਖਰ ਸਾਹਿਬ ਦਾ ਫਰਬੂਲਾ ਕਿਹਾ ਹੈ ਉਹ ਬਾਲਾਂ ਕਿਤੇ ਵਹਿੰਦੇ ਹਨ ਨਾ ਰਿਸ਼ਤਾ ਗਿਣਾ ਆਦਮ ਛੋਕਰੀ ਲਿਖਾਓ ਚਲੋ ਇਹ ਤਾਂ ਮੇਰੇ ਕੋਲ ਦਿਓ ਚਾ ਉਹਦੇ ਲੱਭੇ ਦੇ ਰਹੇ ਸੋ ਹਰ ਪਾਸੇ ਸਿਸਟਮ ਬਸ ਅੱਲਾ ਖੈਰ ਕਰੇ ਮੇਰੇ ਕੋਲ ਲੱਗਦਾ ਇੱਕ ਡੂ ਦਿਹਾੜਾਂ ਤੇ ਅਖਬਾਰਾਂ ਦੇ ਵਿੱਚ ਮਤਲਬ ਜ਼ਾਹਿਦ ਸੈਫ ਚਲੋ ਉਹ ਤਾਂ ਠੀਕ ਹੈ ਲਾਲਾ ਕੋਈ ਅੱਜ ਕੋਈ ਖਾਸ ਤੁਹਾਡੇ ਕੋਲ ਕੋਈ ਵੀਡੀਓ ਕਲਿਪਸ ਹਨ ਕੋਈ ਐਸਾ ਵੀਡੀਓ ਕਲਿਪਸ ਮੈਂ ਤੇ ਕੋਈ ਦਿਖਾਓ ਤੇ ਡਾਸ ਆ ਨਾ ਰੁਕੇ ਮੈਂ ਤੇ ਕੋਈ ਦਿਖੇ ਨਾ ਅਗਰ ਆਵਾਮ ਉੱਠ ਖੜੇ ਤੇ ਵਫਾਕੀ ਵਜ਼ੀਰ ਬਿਜਲੀ ਪਾਣੀ ਦਾ ਕਿਆ ਹਾਲ ਹੋਵੇ ਇੱਕ ਮਿਸਾਲ ਇੱਕ ਮੰਜ਼ਰ ਜ਼ਿਹਨ ਚ ਰੱਖਾ ਹੈ ਠੀਕ ਹੈ ਕਿ ਰਾਜਾ ਸਾਹਿਬ ਆਪਣੇ ਦਫ਼ਤਰ ਕੋਲੋਂ ਨਿਕਲ ਕੇ ਪਿਛਲੀ ਸਾਈਡ ਦੇ ਉੱਤੇ ਗਾਡੀ ਕਈ ਪਾਰ ਕੀਤੀ ਹੋਈ ਹੈ ਤੇ ਨਿਕਲ ਕੇ ਤੇ ਗਾਡੀ ਵੱਲ ਵੇਂਦਾ ਪਿਆ ਤੇ ਆਵਾਮ ਉੱਠ ਖੜੀ ਹੈ ਕਿਆ ਹਾਲ ਹੋਵੇ ਠੀਕ ਹੈ ਦਿਖਾਓ ਦੀਆ ਜਡਾਵੋ ਜਗ ਮਗ ਜਗ ਮਗ ਦੀਆ ਜਡਾਵੋ ਜਗ ਮਗ ਜਗ ਮਗ ਦੀਆ ਜਲਾਵੋ ਦੀਆ ਜਲਾਵੋ ਇਹ ਦੇਖੋ ਸਹੀ ਰਾਜਾ ਸਾਹਿਬ ਇਹ ਆਪਣੇ ਦਫ਼ਤਰ ਚ ਨਿਕਲੇ ਜੀ ਬਿਲਕੁਲ ਪਿੱਛਾ ਕਿ ਨਹੀਂ ਗਾਡੀ ਪਾਰ ਕਰਕੇ ਆਏ ਚੋਰੀ ਕਿ ਕੋਈ ਮੇਰੇ ਕੋਲ ਦਫ਼ਤਰ ਚ ਨਿਕਲਦਾ ਦੇਖ ਨਾ ਕਿੰਨੇ ਅੱਗੂ ਪੈ ਗਈ ਆ ਵਾਹ ਮੈਂ ਭੱਜਾ ਮਗਾ ਜਿੱਥੇ ਬਿਜਲੀ ਕਹਿੰਦੇ ਸਾਡੇ ਸਰੈਕੀ ਵਸੇ ਵਿੱਚ ਇਹ ਦੇਖੋ ਜ਼ਰਾ ਇਹ ਲਾਲਾ ਕੌਣ ਇਹ ਸਾਡੇ ਸਰੈਕੀ ਵਸੇ ਦਾ ਕੋਈ ਸਿਆਸਤਦਾਨ ਲੱਗ ਰਿਹਾ ਇਹ ਸਿਆਕੀ ਵਸ ਸਿਆਸ ਇਹ ਸਰੈਕੀ ਵਸੇਬ ਦਾ ਸਿਆਸਤਦਾਨ ਹੈ ਜਿਹੜਾ ਉੱਥਾਂ ਗਾਲ ਹੋਰ ਕਰਦੇ ਤੇ ਆਪਣੇ ਇਲਾਕੇ ਚ ਗੱਲ ਹੋਰ ਕਰਦੇ ਤੇ ਪਾਰਲੀਮੈਂਟ ਚ ਗੱਲ ਹੋਰ ਕਰਦੇ ਦਿਖ ਰਿਹਾ ਨਹੀਂ ਜੇਲ੍ਹ ਦਾ ਹਾਲ ਕੀ ਹੁੰਦਾ ਇਹ ਦੇਖ ਇਹ ਪੰਗੂੜਾ ਹਾਏ ਹਾਏ ਫੀਡਰ ਦਿਓ ਇਹ ਨੂੰ ਹਾਏ ਹਾਏ ਇਹ ਦੇਖ ਇਹ ਕੋ ਆ ਦਿਨ ਲਹਾ ਕੇ ਤੇ ਹੱਥ ਚ ਫਦਾ ਦੇ ਬਣਾ
ਇਹਨਾਂ ਦਾ ਹਸ਼ਰ ਹੀ ਉੱਥੇ ਸੀ ਹੁਣ ਇਹੋ ਹੋਣਾ ਜੇ ਇਹ ਮੁਲਕ ਵਾਸਤੇ ਇਹ